ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਭ ਦਾ ਛੋਟਾ ਵੀਰ ਸਤਨਾਮ ਸਿੰਘ ਜਲਵਾਹਾ। ਅੱਜ ਜਿਹੜੇ ਸਾਡੇ ਕਿਸਾਨ ਭਰਾ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਦਿੱਲੀ ਧਰਨੇ ਲਈ, ਮੋਦੀ ਸਰਕਾਰ ਨੂੰ ਜਗਾਉਣ ਲਈ ਜਾ ਰਹੇ ਸੀ, ਔਰ ਪੰਜਾਬ ਤੇ ਹਰਿਆਣੇ ਦੇ ਬਾਰਡਰਾਂ ਉੱਤੇ ਮੋਦੀ ਸਰਕਾਰ ਵੱਲੋਂ ਤੇ ਬੀਜੇਪੀ ਦੀ ਹਰਿਆਣਾ ਖੱਟੜ ਸਰਕਾਰ ਵੱਲੋਂ ਜੋ ਅੱਤ ਨਿੰਦਣ ਯੋਗ ਵਰਤਾਰਾ ਸਾਡੇ ਪੰਜਾਬ ਦੇ ਭਰਾਵਾਂ ਨਾਲ ਕੀਤਾ ਗਿਆ, ਮੈਂ ਉਹਦੀ ਸਖ਼ਤ ਸ਼ਬਦਾਂ ਚ ਨਿਖੇਧੀ ਕਰਦਾ। ਕਦੀ ਵੀ ਕਿਸੇ ਦੇਸ਼ ਦੀਆਂ ਸਰਕਾਰਾਂ ਇੱਦਾਂ ਆਪਣੇ ਲੋਕਾਂ ਨਾਲ ਅਤਿਆਚਾਰ ਨਹੀਂ ਕਰਦੀਆਂ। ਅਸੀਂ ਮੀਡੀਆ ਦੇ ਥਰੂ ਦੇਖ ਰਹੇ ਹਾਂ ਕਿ ਉੱਥੇ ਆਸੂ ਗੈਸ ਦੇ ਗੋਲੇ ਜਿਹੜੇ ਸ਼ਰੇਆਮ ਸਿੱਧੇ ਲੋਕਾਂ ਦੇ ਮਾਰੇ ਜਾ ਰਹੇ ਆ, ਪੱਥਰ ਬੰਬ ਜਿਹੜੇ ਆ ਸਿੱਧੇ ਲੋਕਾਂ ਦੇ ਮੂੰਹਾਂ ਉੱਤੇ, ਸਿਰਾਂ ਉੱਤੇ, ਛਾਤੀਆਂ ਉੱਤੇ ਦਾਗੇ ਜਾ ਰਹੇ ਨੇ। ਪਲਾਸਟਿਕ ਦੀਆਂ ਗੋਲੀਆਂ ਜਿਹੜੀਆਂ, ਡਾਂਗਾਂ, ਟੀਅਰ ਗੈਸ, ਹਰ ਤਰ੍ਹਾਂ ਦਾ ਜਿੱਦਾਂ ਮਤਲਬ ਜਿੱਦਾਂ ਇੱਕ ਜੰਗ ਲੱਗੀ ਹੁੰਦੀ ਆ, ਇਸ ਤਰ੍ਹਾਂ ਦਾ ਵਰਤੀਰਾ ਜਿਹੜਾ ਹਰਿਆਣੇ ਦੀ ਬੀਜੇਪੀ ਸਰਕਾਰ ਵੱਲੋਂ ਜਿਹੜਾ ਸਾਡੇ ਪੰਜਾਬ ਦੇ ਭਰਾਵਾਂ ਨਾਲ ਕੀਤਾ ਜਾ ਰਿਹਾ, ਬਹੁਤ ਨਿੰਦਣਯੋਗ ਆ ਔਰ ਬਹੁਤ ਘਾਤਕ ਸਿੱਧ ਹੋਊਗਾ। ਮੈਂ ਹਜੇ ਵੀ ਕਹਿੰਦਾ ਬੀਜੇਪੀ ਦੀ ਸਰਕਾਰ ਨੂੰ, ਮੋਦੀ ਸਰਕਾਰ ਨੂੰ, ਕਿ ਇਹ ਅਣਖੀ ਕੌਮ ਆ, ਇਹ ਪੰਜਾਬ ਦੇ ਲੋਕ ਬੜੇ ਸ਼ਾਂਤਮਈ ਮਾਹੌਲ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ, ਪਰ ਜੇ ਤੁਸੀਂ ਇਹਨਾਂ ਨੂੰ ਅੱਖਾਂ ਦਿਖਾਓਗੇ ਤਾਂ ਫਿਰ ਇਹ ਭਾਜੀ ਪਾਈ ਮੋੜਨੀ ਵੀ ਚੰਗੀ ਤਰ੍ਹਾਂ ਜਾਣਦੇ ਨੇ। ਸੋ ਇਹ ਇਤਿਹਾਸ ਦੇਖ ਲਓ, ਇਹ ਨਾ ਤੁਸੀਂ ਇਹਨਾਂ ਨੂੰ ਵਾਰ ਵਾਰ ਉਕਸਾਓ, ਜਿਸ ਹਿਸਾਬ ਨਾਲ ਤੁਸੀਂ ਉਹਨਾਂ ਦੇ ਡਾਂਗਾ ਮਾਰ ਰਹੇ ਹੋ, ਆਪਣੇ ਬਜ਼ੁਰਗਾਂ ਦੇ ਸਿਰਾਂ ਦੇ ਵਿੱਚੋਂ ਲਹੂ ਚੋਂਦਾ ਦੇਖ ਕੇ ਉੱਥੇ ਕਿਹੜੀ ਜਵਾਨੀ ਹੈ ਜਿਹੜੀ ਸ਼ਾਂਤ ਰਹਿ ਜੂਗੀ। ਸੋ ਇਸ ਕਰਕੇ ਤੁਸੀਂ ਜਾਣ ਬੁੱਝ ਕੇ ਨੌਜਵਾਨਾਂ ਨੂੰ ਉਕਸਾਉਣ ਦਾ ਜਿਹੜਾ ਕੰਮ ਕਰ ਰਹੇ ਹੋ, ਇਹ ਬਹੁਤ ਹੀ ਜ਼ਿਆਦਾ ਘਟੀਆ, ਬਹੁਤ ਹੀ ਨਿੰਦਣਯੋਗ ਆ। ਰੱਬ ਦਾ ਵਾਸਤਾ, ਹੱਥ ਬੰਨਦਿਆਂ ਤੁਹਾਨੂੰ ਹਜੇ ਵੀ, ਕਿ ਬਾਅਦ ਚੋਂ ਜਿੱਦਾਂ ਪਹਿਲਾਂ ਤੁਹਾਨੂੰ ਕਾਨੂੰਨ ਵਾਪਸ ਲੈਣ ਲਈ ਮਾਫੀਆਂ ਮਿੰਨਤਾਂ ਕਰਨੀਆਂ ਪਈਆਂ ਸੀ, ਸੋ ਦੁਬਾਰਾ ਉਹੋ ਜਿਹਾ ਸਮਾਂ ਨਾ ਆਵੇ। ਪਰ ਤੁਸੀਂ, ਕਿਉਂਕਿ ਸਿਆਣਿਆਂ ਦੀ ਕਹਾਵਤ ਆ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਆ, ਸੋ ਉਹ ਕੰਮ ਨਾ ਕਰੋ। ਹਜੇ ਵੀ ਮੌਕਾ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਸਾਰੀਆਂ ਮੰਨ ਕੇ ਇਸ ਰੋਸ ਨੂੰ, ਇਸ ਪ੍ਰੋਟੈਸਟ ਨੂੰ ਤੁਸੀਂ ਇੱਥੇ ਹੀ ਖਤਮ ਕਰ ਸਕਦੇ ਹੋ। ਤੁਸੀਂ ਦੋ ਵਾਰ ਦੀ ਜਿਹੜੀ ਮੀਟਿੰਗ ਕੀਤੀ ਆ ਉਹਦੇ ਵਿੱਚ ਵੀ ਲਾਰੇ ਹੀ ਲਾਏ ਆ, ਜਿਸ ਤਰ੍ਹਾਂ ਤੁਸੀਂ ਪਿਛਲੇ ਅੰਦੋਲਨ ਵੇਲੇ ਕਿਹਾ ਸੀ ਕਿ ਅਸੀਂ ਇੱਕ ਸਾਲ ਦੇ ਵਿੱਚ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਲਵਾਂਗੇ, ਪਰ ਤੁਸੀਂ ਆਪਣੇ ਵਾਅਦੇ ਤੇ ਖਰੇ ਨਹੀਂ ਉਤਰੇ। ਇਸ ਗੱਲ ਦਾ ਕਿਸਾਨਾਂ ਦੇ ਵਿੱਚ ਰੋਸ ਸੀ ਔਰ ਉਹਨਾਂ ਨੇ 13 ਫਰਵਰੀ ਨੂੰ ਦੁਬਾਰਾ ਦਿੱਲੀ ਕੂਚ ਕਰਨ ਦਾ ਤੁਹਾਨੂੰ ਅੱਜ ਤੋਂ 2 ਮਹੀਨੇ ਪਹਿਲਾਂ ਅਲਟੀਮੇਟਮ ਵੀ ਦਿੱਤਾ ਸੀ ਕਿ ਅਸੀਂ ਆਉਣਾ ਨਹੀਂ, ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਮੰਨ ਲਓ। ਪਰ ਕੇਂਦਰ ਦੀ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋਈ, ਜਿਸ ਕਰਕੇ ਅੱਜ ਜਿਹੜਾ ਉੱਥੇ ਜਿਹੜੇ ਹਜ਼ਾਰਾਂ ਲੋਕ ਆ ਉਹਨਾਂ ਨੂੰ ਬੁਰੀ ਤਰ੍ਹਾਂ ਪਸ਼ੂਆਂ ਵਾਂਗੂ ਕੁੱਟਿਆ ਜਾ ਰਿਹਾ, ਇਹ ਬਹੁਤ ਹੀ ਨਿੰਦਣਯੋਗ ਆ, ਬਹੁਤ ਹੀ ਘਟੀਆ। ਮੈਂ ਹੱਥ ਜੋੜ ਬੇਨਤੀ ਕਰਦਾ ਕੇਂਦਰ ਦੀ ਮੋਦੀ ਸਰਕਾਰ ਨੂੰ ਕਿ ਰੱਬ ਦਾ ਵਾਸਤਾ ਸਾਡੇ ਬਜ਼ੁਰਗਾਂ ਨੂੰ, ਸਾਡੇ ਭਰਾਵਾਂ ਨੂੰ ਇਸ ਤਰ੍ਹਾਂ ਪਸ਼ੂਆਂ ਵਾਂਗੂ ਨਾ ਕੁੱਟੋ। ਹਜੇ ਵੀ ਮੌਕਾ ਤੁਹਾਡੇ ਕੋਲ ਹੈਗਾ ਕਿ ਤੁਸੀਂ ਇਸ ਲੜਾਈ ਨੂੰ ਸ਼ਾਂਤ ਕਰ ਸਕਦੇ ਹੋ। ਮੰਗਾਂ ਬਿਲਕੁਲ ਕਿਸਾਨਾਂ ਦੀਆਂ ਜਾਇਜ਼ ਨੇ, ਪ੍ਰੋਟੈਸਟ ਕਰਨਾ, ਸ਼ਾਂਤਮਈ ਪ੍ਰੋਟੈਸਟ ਕਰਨਾ ਸਾਡਾ ਕਾਨੂੰਨ ਹੱਕ ਆ, ਤੁਸੀਂ ਸਾਡੇ ਹੱਕਾਂ ਨੂੰ ਇੱਦਾਂ ਦਬਾ ਨਹੀਂ ਸਕਦੇ। ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪੰਜਾਬੀ ਨੇ, ਪੰਜਾਬ ਦੀ ਕੌਮ, ਇਤਿਹਾਸ ਚੱਕ ਕੇ ਦੇਖ ਲਿਓ, ਨਾ ਅਸੀਂ ਇੱਦਾਂ ਝੁਕਣ ਵਾਲੇ ਆ, ਨਾ ਅਸੀਂ ਇੱਦਾਂ ਦਬਣ ਵਾਲੇ ਆ। ਸੋ ਰੱਬ ਦਾ ਵਾਸਤਾ ਤੁਹਾਨੂੰ ਫਿਰ ਕਹਿ ਰਹੇ ਹਾਂ, ਕੇਂਦਰ ਦੀ ਮੋਦੀ ਸਰਕਾਰ ਨੂੰ ਫਿਰ ਕਹਿ ਰਹੇ ਹਾਂ ਕਿ ਇਹੋ ਜਿਹਾ ਸਿਚੁਏਸ਼ਨ ਦੇਸ਼ ਦੇ ਵਿੱਚ ਨਾ ਬਣਾਓ ਕਿ ਜਿਹੜਾ ਇੱਥੇ ਤੁਸੀਂ ਇਹ ਜੰਗ ਵਲਗੇ, ਮਤਲਬ ਏਦਾਂ ਤਾਂ ਕੋਈ ਬਗਾਨੇ ਮੁਲਕਾਂ ਨਾਲ ਲੜਾਈ ਲੜਦਾ ਹੁੰਦਾ, ਤੁਸੀਂ ਤਾਂ ਆਪਣੇ ਸੂਬਿਆਂ ਦੇ ਲੋਕਾਂ ਤੇ ਏਦਾਂ ਤਸ਼ੱਦਦ ਕਰਨ ਲੱਗ ਪਏ। ਬਹੁਤ ਹੀ ਜ਼ਿਆਦਾ ਨਿੰਦਣਯੋਗ ਆ, ਬਹੁਤ ਹੀ ਘਟੀਆ। ਮੈਂ ਤਾਂ ਇਹੀ ਕਹੂੰਗਾ ਕਿ ਅਕਾਲ ਪੁਰਖ ਤੁਹਾਨੂੰ ਸਮਤ ਬਖਸ਼ੇ, ਜਿਹੜੇ
ਖੱਟੜ ਸਰਕਾਰ ਦੇ ਅਧਿਕਾਰੀ ਨੇ, ਜਿਹੜੇ ਮੰਤਰੀ ਸਾਹਿਬਾਨ ਨੇ, ਮੋਦੀ ਸਰਕਾਰ ਦੀ ਕੈਬਨਿਟ ਆ, ਪਰਮਾਤਮਾ ਇਹਨਾਂ ਨੂੰ ਸਮਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ, ਸੰਪਰਕ 9876349499।